ਐਂਡ ਸਟਾਰਟ ਜਰੈਤੀ ਖੁਸ਼ਹਾਲੀ ਲਈ ਕਈ ਪਾਸਿਆਂ ਤੋਂ ਉੱਦਮ ਕਰਨ ਦੀ ਲੋੜ ਹੁੰਦੀ ਹੈ। ਡੰਡੀ 5 ਸਾਲਾਂ ਯੋਜਨਾ ਵਿੱਚ ਜਰੈਤੀ ਵਿਕਾਸ ਲਈ ਕਈ ਨਵੀਆਂ ਸਕੀਮਾਂ ਦੀ ਵਿਵਸਥਾ ਕੀਤੀ ਗਈ ਹੈ। ਡੰਡੀ ਜਰੈਤੀ ਖੋਜ ਨੂੰ ਜਰੈਤੀ ਵਿਕਾਸ ਦਾ ਧੁਰਾ ਸਮਝਿਆ ਜਾਂਦਾ ਹੈ। ਡੰਡੀ ਇਸ ਲਈ ਇਸ ਯੋਜਨਾ ਨੂੰ ਬੜੀ ਉੱਚੀ ਥਾਂ ਦਿੱਤੀ ਗਈ ਹੈ। ਡੰਡੀ ਰਾਜਾਂ ਦੇ ਪੱਧਰ ਦੀਆਂ ਸੰਸਥਾਵਾਂ ਤੋਂ ਇਲਾਵਾ ਭਾਰਤ ਸਰਕਾਰ ਦੀ ਜਰੈਤੀ ਖੋਜ ਬਾਰੇ ਭਾਰਤੀ ਪ੍ਰੀਸ਼ਦ ਅਧੀਨ 25 ਖੋਜ ਸੰਸਥਾਵਾਂ ਅਤੇ ਮਿੱਟੀ ਦੀ ਖੋਜ ਬਾਰੇ ਸਿਖਲਾਈ ਦੇਣ ਲਈ 8 ਖੋਜ ਸੰਸਥਾਵਾਂ ਹਨ। ਡੰਡੀ ਇਹਨਾਂ ਸੰਸਥਾਵਾਂ ਵਿੱਚ ਜ਼ਮੀਨਾਂ ਅਤੇ ਫਸਲਾਂ ਲਈ ਵੱਖ ਵੱਖ ਸਮੱਸਿਆਵਾਂ ਬਾਰੇ ਖੋਜ ਕੀਤੀ ਜਾਂਦੀ ਹੈ। ਡੰਡੀ ਸਰਵ ਭਾਰਤੀ ਤਾਲਮੇਲ ਸੰਸਥਾ ਰਾਹੀਂ ਜਰੈਤੀ ਖੋਜ ਦੀਆਂ ਇਹ ਨਵੀਆਂ ਸਕੀਮਾਂ ਬਣਾਈਆਂ ਗਈਆਂ ਹਨ। ਡੰਡੀ ਇਹਨਾਂ ਸਕੀਮਾਂ ਲਈ ਵੱਖ ਵੱਖ ਸੰਸਥਾਵਾਂ ਦੁਆਰਾ ਪਰਸਪਰ ਮਿਲਵਰਤਨ ਰਾਹੀਂ ਵਿਗਿਆਨਿਕ ਪੱਧਰ 'ਤੇ ਕੰਮ ਕਰਨ ਦੀ ਲੋੜ ਹੁੰਦੀ ਹੈ। ਡੰਡੀ ਇਸ ਤਰ੍ਹਾਂ ਡੂੰਘੀ ਖੋਜ ਮਗਰੋਂ ਨਿਕਲੇ ਸਿੱਟਿਆਂ ਵਿੱਚ ਕੋਈ ਤਰੁੱਟੀ ਨਹੀਂ ਰਹਿੰਦੀ। ਡੰਡੀ 5 ਸਾਲਾਂ ਯੋਜਨਾ ਵਿੱਚ ਖੋਜ ਦੀਆਂ ਇਹਨਾਂ ਸਕੀਮਾਂ ਨੂੰ ਹੋਰ ਵਧਾਇਆ ਜਾ ਰਿਹਾ ਹੈ ਅਤੇ ਇਹਨਾਂ ਦੇ ਘੇਰੇ ਵਿੱਚ ਸਾਰੀਆਂ ਪ੍ਰਮੁੱਖ ਖੁਰਾਕੀ ਅਤੇ ਵਪਾਰਕ ਫਸਲਾਂ ਨੂੰ ਲਿਆਂਦਾ ਜਾ ਰਿਹਾ ਹੈ। ਡੰਡੀ ਇਹਨਾਂ ਸਕੀਮਾਂ ਦੇ ਫਲਸਰੂਪ ਜਿਹੜੀਆਂ ਵੱਖ ਵੱਖ ਸਮੱਸਿਆਵਾਂ ਸਾਹਮਣੇ ਆਈਆਂ ਹਨ ਉਹਨਾਂ 'ਤੇ ਕਾਬੂ ਪਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੰਡੀ